कोहाड़ा। अकाले वाली टीम यार कितनी आजादी तो आजादी ग्राउंड से एंटर करो कोहाड़ा कोहाड़ा भाजी कोहाले की टीम है जी नहीं तगड़ा की टीम है बलविंदर सिंह लोगड़ चटाले पिंड वाला और तगड़ा पिंड है ना जानता चटाले दे वलों खेलते प्रसिद्धि मिली और पिछे पिछे अमन मोती देरीवाल बेंचा रॉयल किंग दे लई बहुत ही वधिया खेडण वाला है। इधर बुल्लो वालिया जिथे जामा पुजा उत्थे पंडित बुल्लो वालिया पंडता एक बारी वाह खड़ी करी नौजवाना बुलट मोटरसाइकिल दे नाल सत्कार दिता मारो ताड़िया इस नौजवान दे लई और बुलट मोटरसाइकिल दे नाल मान सत्कार मिलिया इस खिलाड़ी नूं और अज वड्डे माण जिहड़े जिले हुशियारपुर नूं पंज चैंपियनशिपां जितण वाला और पहले विश्व कबड्डी कप दे विच पंज खिलाड़ी जिले हुशियारपुर दे खेडे सन तीन खिलाड़ी ਡੱਪਰ ਪਿੰਡ ਨੂੰ ਮਾਣ ਮਿਲਿਆ ਚਰਨੇ ਵਰਗਿਆਂ ਨੂੰ ਔਰ ਲੰਬੜ ਵਰਗਿਆਂ ਨੂੰ ਔਰ ਦੋ ਖਿਡਾਰੀ ਢਿੱਲੋ ਇੱਕ ਕਾਕਾ ਕਾਹਰੀ ਪਿੰਡ ਵਾਲਾ ਜਿਹਨੇ ਵਿਸ਼ਵ ਕਬੱਡੀ ਕੱਪ ਦੇ ਵਿੱਚ ਹਿੰਦੁਸਤਾਨ ਦੀ ਟੀਮ ਦੀ ਨੁਮਾਇੰਦਗੀ ਕਰਕੇ ਇੱਕ ਬਹੁਤ ਹੀ ਵਧੀਆ ਜਿਹੜਾ ਇਤਿਹਾਸ ਰਚਿਆ ਹੈ। ਕਦੇ ਸਾਰੀ ਦੇ ਸਵਰਨਜੀਤ ਸੋਨੂੰ ਦੀਆਂ ਗੱਲਾਂ ਕਦੇ ਇਕਬਾਲ ਸਿੰਘ ਵਾਲੇ ਦੀਆਂ ਗੱਲਾਂ ਹੁੰਦੀਆਂ ਹੈ ਔਰ ਦੁਨੀਆਂ ਦੇ ਮਹਾਨ ਖਿਡਾਰੀ ਕਦੇ ਹਰਪ੍ਰੀਤ ਹੈਪੀ ਬਿਜਲੀ ਕਦੇ ਜਗਦੀਪ ਮਰਲਾਈਆਂ ਮਹਾਂਪੁਰਸ਼ਾਂ ਦੀ ਬਹੁਤ ਵੱਡੀ ਦੇਣ ਹੈ ਕਬੱਡੀ ਟੂਰਨਾਮੈਂਟ ਨੂੰ ਔਰ ਇਹਨਾਂ ਖਿਡਾਰੀਆਂ ਦੇ ਉੱਪਰ ਬਹੁਤ ਹੀ ਵੱਡਾ ਆਸ਼ੀਰਵਾਦ ਹੈ। ਅਗਲੀਆਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਚੁੱਕੀਆਂ ਹੈ ਤਗੜਾ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਦੂਸਰੇ ਪਾਸੇ ਮੈਂ ਕੋਹਾਲੇ ਦੀ ਟੀਮ ਵੀ ਜਿਹੜੀ ਗਰਾਊਂਡ ਦੇ ਵਿੱਚ ਇਸ ਵੇਲੇ ਐਂਟਰ ਕਰ ਚੁੱਕੀ ਹੈ ਬਹੁਤ ਹੀ ਵਧੀਆ ਮੈਚ ਖੇਡਿਆ ਜਾਵੇਗਾ। ਕਾਲੇ ਸੰਘਿਆਂ ਦੇ ਬਿਲਕੁਲ ਨਜ਼ਦੀਕ ਜੰਡ ਦਾ ਪਿੰਡ ਹੈ ਜਿਹੜਾ ਪੰਜਾਬ ਭਰ ਦੇ ਮੇਲਿਆਂ ਦੇ ਵਿੱਚ ਪੂਰਾ ਤਹਿਲਕਾ ਮਚਾ ਰਹੀ ਟੀਮ ਹੈ ਔਰ ਇੱਕ ਪਾਸੇ ਕੋਹਾਲਾ ਔਰ ਦੂਸਰੇ ਪਾਸੇ ਤਗੜਾ ਜ਼ਿਲ੍ਹਾ ਹੁਸ਼ਿਆਰਪੁਰ ਔਰ ਦੂਸਰੇ ਪਾਸੇ ਬਹੁਤ ਹੀ ਵਧੀਆ ਗੇਟਾਂ ਚੁੱਕਿਆ ਨੌਜਵਾਨ ਨੇ। ਹੈਲੋ ਇਸ ਮੈਚ ਤੋਂ ਬਾਅਦ ਹਰਖੋਵਾਲ ਤੇ ਬਾਬਾ ਮਾੜੂ ਦਾਸ ਕਲੱਬ ਹੈਲੋ ਸਲਾਣਾ ਸਾਰੀ ਤੇ ਬਲਨੋ ਜੀ ਠੀਕ ਹੈ ਜੀ ਇਸ ਤੋਂ ਬਾਅਦ ਸਾਰੀ ਤੇ ਬਲਨੋ ਜਾਂ ਬਾਬਾ ਮਾੜੂ ਦਾਸ ਜੀਆਂ ਦਾ ਮੈਚ ਕਰਾਉਣਾ। ਇਸ ਤੋਂ ਬਾਅਦ ਜਿਹੜਾ ਬਾਬਾ ਮਾੜੂ ਦਾਸ ਜੀਆਂ ਦਾ ਔਰ ਹਰਖੋਵਾਲ ਦਾ ਮੈਚ ਜਾਂ ਸਾਰੀ ਤੇ ਬਲਨੋ ਦਾ ਇੱਕ ਵਾਰੀ ਕਲੀਅਰ ਕਰ ਦਿਓ ਠੀਕ ਹੈ ਜੀ। ਬਾਬਾ ਮਾੜੂ ਦਾਸ ਸਪੋਰਟਸ ਕਲੱਬ ਹਰਖੋਵਾਲ ਇਸ ਮੈਚ ਤੋਂ ਬਾਅਦ ਤਿਆਰੀ ਖਿੱਚ ਲੈਣ और लास्ट जिहड़ा मैच खेडिया जाएगा सारी ते बालनों का यह लास्ट मैच होगा और आ जिहड़ा पॉइंट ठीक है जी। अगला मैच हैगा जी सारी ते बालनों हाँ जी तो शेड्यूल्ड भाजी यही है हाँ सारी ते बालनों सारी ते बालनों ठीक है जी सारी ते बालनों दी टीमां तैयारी खिंच के आ जाण बड़ा तकड़ा मैच खेडिया जाऊगा सारी ते बालनों और अज टासा पा के जिहड़ा शेड्यूल तैयार किया गया फौजी शाम चासी खेडेगा सेठी ट्रिपल्ले पिंड वाला और गुरविंदर पलवान जिहड़ा खेडेगा अज दे खेड मैदान दे विच डांडा मोह है इस कबड्डी टूरनामेंट दे नाल। वेखो सामने गुट दे उपर ग्रिप और पॉइंट जाफी दे हिस्से दे विच जुड़ चुका है। कोई शेरा वांगू मटक मटक तुरदा है किसी की मैदाने भाज चंगी गुंदवा शरीर किसी का फबदा है ਵਿੱਚ ਗਰਾਊਂਡਾਂ ਦੇ ਕਿਸੇ ਦੀ ਡਾਜ ਚੰਗੀ ਡੌਲਿਆਂ ਉੱਤੇ ਚੱਲਦੀ ਕਿਸੇ ਦੇ ਰੇਲ ਦੇਖੋ ਐਫੀ ਹੱਕ ਅੱਖ ਕੜਿਆਣਾ ਕਿਸੇ ਦੀ ਬਾਜ ਵਾਂਗਰਾ ਚੰਗੀ ਪਰ ਇਧਰਲੇ ਪਾਸੇ ਨੱਚਦਾ ਟੱਪਦਾ ਹੱਸਦਾ ਖਿਡਾਰੀ ਨੰਬਰ ਦਾ ਵਾਅਦਾ ਕਰਦਾ ਹੋਇਆ ਵਾਪਸ ਆਪਣੇ ਪਾਲੇ ਦੇ ਵਿੱਚ ਹੈ ਬਹੁਤ ਹੀ ਵਧੀਆ। ਇਸ ਵੇਲੇ ਮੈਚ ਜਿਹੜਾ ਚੱਲਦਾ ਹੈ ਮੇਰੇ ਤੋਂ ਖੱਬੇ ਹੱਥ ਹੇਲਣਾ ਔਰ ਸੱਜੇ ਹੱਥ ਅਰਗੋਵਾਲ ਦੀ ਟੀਮ ਬੇਸ਼ੱਕ ਵਜਨ ਦੇ ਖਿਡਾਰੀ ਹੈ ਔਰ ਵਧੀਆ ਜਿਹੜਾ ਪ੍ਰਦਰਸ਼ਨ ਕਰਦੇ ਹੋਏ ਹੇਲਣਾ ਦੀ ਧਰਤੀ ਦਾ ਹੁਣ ਡੱਕ ਪਾਉਣ ਦੀ ਪੂਰੀ ਕੋਸ਼ਿਸ਼ ਸੱਜੇ ਖੱਬੇ ਵੱਡੀ ਭਾਜ ਭਜਦਾ ਹੋਇਆ ਹੈ ਔਰ ਨੰਬਰ ਰੇਡਰ ਦਾ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਹੈ। ਖੇਡ ਕਬੱਡੀ ਹੈ ਜੋਰਾਂ ਦੀ ਖੇਡ ਯਾਰੋ ਹਰ ਕੋਈ ਨਹੀਂ ਇਸ ਨੂੰ ਖੇਡ ਸਕਦਾ ਹੈ ਖਾਧਾ ਘਿਓ ਤੇ ਚੁੰਗੀਆਂ ਬੂਰੀਆਂ ਜਿਨ੍ਹਾਂ ਪਾ ਉਹੀ ਮੈਦਾਨੇ ਰੇਡ ਸਕਦਾ ਹੈ ਦਿਲ ਲਾ ਕੇ ਮਿਹਨਤ ਕਰਨ ਜਿਹੜੇ ਪੰਜੇ ਉਹੀ ਮੈਦਾਨੇ ਭੇੜ ਸਕਦਾ ਹੈ ਭਰਵਾਂ ਜੁੱਸਾ ਨੌਜਵਾਨ ਦਾ ਹੈ ਔਰ ਪੁਆਇੰਟ ਲੈ ਕੇ ਵਾਪਸ ਆਪਣੇ ਪਾਲੇ ਦੇ ਵਿੱਚ ਨੰਬਰ ਦਾ ਵਾਧਾ ਕਰ ਚੁੱਕਾ ਹੈ। टीम जिहड़ियां दोनों ग्राउंड दे विच है इस तो अगले मैच दीआं वालनों ते सारी दीआं टीमां तैयारी खिंच के ग्राउंड दे बिल्कुल नजदीक आ जाण और लास्ट मैच होवेगा बाबा माड़ू दा स्पोर्ट्स क्लब ते हरखोवाल दीआं टीमां भी तैयारी खिंच लैण। हैलो हैलो सारी ते बालनों दा मैच होगा सारी ते बालनों सारी ते बल ने माड़ूदास क्लब की टीम घटती आ सारी ते बालना का मैच होगा ते 75 किलो संत बाबा सतपाल सिंह क्लब सारी ते संत बाबा ईश्वरदास जी कारी आ कपूर पिंड दे अरगोवाल
ਪੱਧਰ ਦੇ ਪਹਿਲੇ ਰਾਊਂਡ ਤੋਂ ਬਾਅਦ ਮਹਾਪੁਰਸ਼ਾਂ ਦੀਆਂ ਦੋਨੇ ਨਗਰੀਆਂ ਨੇ ਔਰ ਦੋਨਾਂ ਨਗਰਾਂ ਦੇ ਵਿੱਚ ਜਿਹੜਾ 75 ਕਿਲੋ ਦਾ ਪਹਿਲਾ ਸੈਮੀਫਾਈਨਲ ਮੈਚ ਕਾਹਰੀ ਵਰਸਸ ਸਾਰੀ ਔਰ ਹੁਣ ਲੋਕ ਜਿਹੜੇ ਪੱਬਾਂ ਭਾਰ ਹੋ ਕੇ ਤੱਕਣਗੇ ਇਹ ਵਧੀਆ ਜਿਹੜਾ ਮੈਚ ਸਾਰੇ ਖਿਡਾਏ ਜਾਂਦੇ ਨੇ ਇਸ ਰਾਊਂਡ ਤੋਂ ਬਾਅਦ ਬਾਲਨੋ ਵਰਸਸ ਸਾਰੀ ਦਾ ਮੈਚ ਉਸ ਤੋਂ ਬਾਅਦ ਕਾਹਰੀ ਵਰਸਸ ਸਾਰੀ 75 ਕਿਲੋ ਦਾ ਸੈਮੀਫਾਈਨਲ ਮੈਚ ਖੇਡਿਆ ਜਾਊਗਾ ਇਹ ਵੀ ਟੀਮਾਂ ਤਿਆਰੀ ਖਿੱਚ ਕੇ ਗਰਾਊਂਡ ਦੇ ਬਿਲਕੁਲ ਨਜ਼ਦੀਕ ਆ ਜਾਣਗੀਆਂ ਹੇਲਰਾ ਵਰਸਸ ਅਰਗੋਵਾਲ ਦੇ ਵਿੱਚ ਬਹੁਤ ਹੀ ਸੋਹਣਾ ਮੁਕਾਬਲਾ ਚੱਲਦਾ ਹੋਇਆ ਹੈ ਭਾਜੀ ਮੁੱਖ ਸਟੇਜ ਦੇ ਉੱਪਰ ਜਾ ਕੇ ਗੱਲ ਕਰੋ ਹੈਲੋ ਆ ਚੂਨੇ ਵਾਲੇ ਭਾਜੀ ਅੱਗੇ ਬੇਨਤੀ ਆ ਬਈ ਹੰਦਿਆਂ ਦੇ ਚੂਨਾ ਪਾ ਦਿਓ ਕਪੂਰ ਪਿੰਡ ਤੇ ਅਰਗੋਵਾਲ ਕਪੂਰ ਪਿੰਡ ਤੇ ਅਰਗੋਵਾਲ 75 ਕਿਲੋ ਕਪੂਰ ਪਿੰਡ ਤੇ ਅਰਗੋਵਾਲ ਪਹਿਲਾ ਸੈਮੀਫਾਈਨਲ ਜਿਹੜਾ ਕਾਹਰੀ ਤੇ ਸਾਰੀ ਕਪੂਰ ਪਿੰਡ ਤੇ ਅਰਗੋਵਾਲੇ 75 ਕਿਲੋ ਦੀਆਂ ਟੀਮਾਂ ਤਿਆਰੀ ਖਿੱਚ ਲੈਣਗੀਆਂ ਮੈਚ ਸਮਾਪਤ ਹੋ ਚੁੱਕਾ ਹੈ ਆ ਜਿਹੜਾ ਮੈਚ ਖੇਡਿਆ ਜਾਵੇਗਾ ਕੋਹਾਲਾ ਵਰਸੇ ਤਗੜਾ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਨੇ ਚੱਲਦੇ ਹੋਏ ਮੈਚ ਦੇ ਵਿੱਚ ਅਰਗੋਵਾਲ ਦੇ ਨੰਬਰ 8.5 ਔਰ ਹੇਲਰਾਂ ਦੇ ਨੰਬਰ ਰਹੇ 13 ਹੇਲਰਾਂ ਦੀ ਟੀਮ ਜਿਹੜੀ ਜੇਤੂ ਰਹੀ ਹੈ ਕੋਹਾਲਾ ਔਰ ਤਗੜਾ ਦੇ ਵਿੱਚ ਬਹੁਤ ਹੀ ਸੋਹਣਾ ਮੈਚ ਖੇਡਿਆ ਜਾਵੇਗਾ ਜਿਹਦੇ ਵਿੱਚ ਇੰਟਰਨੈਸ਼ਨਲ ਪਲੇਅਰ ਖੇਡਣਗੇ ਬਿੱਲੂ ਗਰਾਇਆ ਪਿੰਡ ਵਾਲਾ ਵੀ ਖੇਡਿਆ ਮਲੇਸ਼ੀਆ ਦੇ ਵਿੱਚ ਔਰ ਦੁਆ ਕਰੋ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਜਿਹੜੇ ਅੱਜ ਦੇ ਖੇਡ ਮੈਦਾਨਾਂ ਦੇ ਵਿੱਚ ਖਿਡਾਰੀ ਖੇਡਣਗੇ ਜ਼ਰੂਰ ਕਦੇ ਇੰਗਲੈਂਡ ਕਦੇ ਯੂਰਪ ਦੀਆਂ ਗਰਾਊਂਡਾਂ ਦੇ ਵਿੱਚ ਕਦੇ ਕੈਨੇਡਾ ਦੀ ਧਰਤੀ ਦੇ ਉੱਪਰ ਸੱਦਾ ਪੱਤਰ ਆਵੇ ਔਰ ਮਾਣ ਹੈ ਸਾਨੂੰ ਸਾਰੇ ਨਗਰ ਨਿਵਾਸੀਆਂ ਦੇ ਉੱਪਰ ਮੈਚ ਜਿਹੜਾ ਜਲਦੀ ਸ਼ੁਰੂ ਕਰਾਇਆ ਜਾਵੇ ਤਗੜਾ ਵਰਸਸ ਕੋਹਾਲਾ ਸਾਰੀ ਤੇ ਬਾਲਨੋ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਰਿਪੋਰਟ ਕਰ ਜਾਣ ਜਲਦੀ ਤੋਂ ਜਲਦੀ ਸਾਰੀ ਤੇ ਬਾਲਨੋ ਦੀਆਂ ਟੀਮਾਂ ਨੂੰ ਮੈਂ ਕਾਲ ਕਰ ਰਿਹਾ ਕਿ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਰਿਪੋਰਟ ਕਰਨਗੀਆਂ ਆ ਵੀ ਜਿਹੜਾ ਮੈਚ ਬਹੁਤ ਹੀ ਵੱਡਾ ਔਰ ਬਹੁਤ ਹੀ ਤਕੜਾ ਜਿਹੜਾ ਮੈਚ ਖੇਡਿਆ ਜਾਵੇਗਾ ਦੋਨੇ ਟੀਮਾਂ ਆਹਮੋ ਸਾਹਮਣੇ ਨੇ ਉਸ ਤੋਂ ਬਾਅਦ 75 ਕਿਲੋ ਦਾ ਸੈਮੀਫਾਈਨਲ ਮੈਚ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਰਿਪੋਰਟ ਕਰਨਗੀਆਂ ਮੈਂ ਜਿੱਥੇ ਸਤਿਕਾਰ ਕਰਾਂਗਾ ਮੁੱਖ ਮੰਚ ਦੇ ਉੱਪਰ ਮਾਇਨਾਜ ਹਸਤੀਆਂ ਔਰ ਅੱਜ ਖਿਡਾਰੀਆਂ ਦਾ ਸਤਿਕਾਰ ਕੀਤਾ ਜਾਵੇਗਾ ਬਿਜਲੀ ਹਨੀ ਮਨੀ ਵਾਰੀ ਤੇ ਦੀਪੂ ਔਰ ਜਿੱਥੇ ਜੁੰਮੇ ਨੂੰ ਅੱਜ 5100 ਰੁਪਏ ਦੇ ਨਾਲ ਇਕਬਾਲ ਸਿੰਘ ਵਾਲਾ ਨਿਊਜ਼ੀਲੈਂਡ ਦਾ ਵਸਨੀਕ ਹੈ ਔਰ ਦੁਨੀਆਂ ਦੇ ਮਹਾਨ ਖਿਡਾਰੀਆਂ ਦੇ ਵਿੱਚ ਨਾਮ ਹੈ ਮਾਣ ਸਤਿਕਾਰ ਦਿੱਤਾ ਜਾਵੇਗਾ ਮੇਰੇ ਤੋਂ ਸੱਜੇ ਹੱਥ ਕੋਹਾਲਾ ਔਰ ਖੱਬੇ ਹੱਥ ਤਗੜਾ ਬੜੇ ਮਸ਼ਹੂਰ ਲੱਗਣ ਲਈ ਕਬੱਡੀ ਦੇ ਵਿੱਚ ਗਿਆ ਪ੍ਰੀਤਾ ਆਇਆ ਪ੍ਰੀਤਾ ਲੱਗੇ ਕੋਈ ਟੋ ਨਾ ਕਬੱਡੀ ਤੇ ਕਪੂਰਥਲਾ ਚੀਚਾ ਕੋਈ ਦੋ ਨਾ ਔਰ ਮਾਣ ਹੈ ਜ਼ਿਲ੍ਹੇ ਹੁਸ਼ਿਆਰਪੁਰ ਦੇ ਉੱਪਰ ਸੰਤੋਖ ਸਿੰਘ ਤੋਖੀ ਪੈਦਾ ਕੀਤਾ ਹੈ ਔਰ ਸੰਤੋਖ ਸਿੰਘ ਮਾਨਗੜ੍ਹ ਟਾਈਗਰ ਪੈਦਾ ਕੀਤਾ ਹੈ ਕਦੇ ਮਹਿੰਦਰ ਸਿੰਘ ਪੱਜੋ ਦਿੱਤੀਏ ਬੋਲੇ ਦੀਆਂ ਗੱਲਾਂ ਹੋਈਆਂ ਹੈ ਔਰ ਕਦੇ ਪੰਡੋਰੀ ਬੀਬੀ ਦੇ ਜੈਲੇ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਮਹਾਨ ਖਿਡਾਰੀ ਇਸ ਧਰਤੀ ਨੇ ਪੈਦਾ ਕੀਤੇ ਕਦੇ ਬਲਵੀਰ ਸਿੰਘ ਵੀਰੇ ਦੀਆਂ ਗੱਲਾਂ ਖੇਡ ਮੈਦਾਨ ਦੇ ਵਿੱਚ ਕਬੱਡੀ ਜਗਤ ਦੇ ਗੁਰੂ ਦੇ ਨਾਲ ਜਾਣੀਆਂ ਜਾਂਦੀਆਂ ਹੈ ਔਰ ਵਿਛੋੜਾ ਜਿਹੜਾ ਅਚਲ ਚੇਤ ਪਿਆ ਹੈ ਉਸ ਵਿਚੜੀ ਹੋਈ ਰੂਹ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਾਂਗਾ ਮਾਂ ਬੋਲੀ ਦਾ ਬਹੁਤ ਵੱਡਾ ਸਤਿਕਾਰ ਸਿੱਧੂ ਟੈਂਟ ਹਾਊਸ ਵਾਲੇ ਸਾਹਮਣੇ ਕੋਈ ਅਮਨ ਕਹਿੰਦਾ ਹੈ ਅਗਲੀ ਕਬੱਡੀ ਹੁਸ਼ਿਆਰਪੁਰ ਦਾ ਮਾਣ ਮੱਤਾ ਖਿਡਾਰੀ ਬਣੇਗਾ ਕਾਕੇ ਕਾਹਰੀ ਦੇ ਵਾਂਗ ਜਾਂ ਫਿਰ ਸਵਰਨਜੀਤ ਸੋਨੂ ਦੇ ਵਾਂਗ ਰੂਪਲ ਦੇ ਵਾਂਗ ਹਰਪ੍ਰੀਤ ਹੈਪੀ ਵੀਦੀ ਦੇ ਵਾਂਗ ਇਹਨਾਂ ਨੌਜਵਾਨਾਂ ਦਾ ਨਾਮ ਚੱਲੇਗਾ ਔਰ ਹਨੀ ਵੀ ਤਕੜਾ ਖਿਡਾਰੀ ਇਸ ਏਰੀਏ ਦਾ ਇਸ ਰੰਗ ਨੂੰ ਬਹੁਤ ਵੱਡੇ ਮਾਣ ਦੀ ਗੱਲ ਹੈ ਜਾਗ ਹੈ ਕਬੱਡੀ ਦਾ ਲਓ ਸਾਹਮਣੇ ਅਗਲੀ ਕਬੱਡੀ ਕੋਹਾਲੇ ਦੇ ਵੱਲੋਂ ਅਗਲੀ ਰੇਡ ਪੁੰਦ ਲਈ ਕੋਈ ਭਰੇ ਉਡਾਰੀ ਬਾਜ ਵਾਂਗ ਬਾਜ ਦੇ ਵਾਂਗ ਉਡਾਰੀ ਭਰਦਾ ਹੋਇਆ ਇੱਕ ਪਾਸੇ ਜਾਮਾ ਬੋਲੋ ਵਾਲੀਆ ਖੜਕੇ ਨਜ਼ਾਰਾ ਤੱਕਦਾ ਹੋਇਆ ਹੈ ਪਾਲੀ ਕੰਨੀ ਦੇ ਉੱਪਰ ਪੰਡਿਤ ਬੋਲੋ ਵਾਲ ਦੀ ਧਰਤੀ ਨੂੰ ਮਾਣ ਹੈ ਦੋ ਰਾਣੇ ਪ੍ਰਸਿੱਧ ਨੇ ਕੰਗਮਾਈ ਦੀ ਧਰਤੀ ਲਓ ਸਾਹਮਣੇ ਰਾਣੇ ਦੇ ਨਾਲ ਬਹੁਤ ਹੀ ਸੋਹਣਾ ਮੁਕਾਬਲਾ ਹੈ ਬਾਬੇ ਮਾਂਝੀਆਂ ਦੀ ਚੰਛੋ ਪ੍ਰਾਪਤ ਧਰਤੀ ਦਾ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਲਈ ਲੰਗਰਾਂ ਦੀ ਸੇਵਾ ਕਰਿਆ ਕਰਦੇ ਸਨ ਔਰ ਉਹਨਾਂ ਦੀ ਚੰਛੋ ਪ੍ਰਾਪਤ ਧਰਤੀ ਦਾ ਬਹੁਤ ਹੀ ਵਧੀਆ ਜਿਹੜਾ ਜੱਫਾ ਲਾਇਆ ਨੌਜਵਾਨ ਨੇ ਲੰਗਰਾਂ ਦੇ ਵੱਲੋਂ ਅਗਲੀ ਕਬੱਡੀ ਕੌਣ ਪਾ ਰਿਹਾ ਅਮਨ ਮੋਤੀ ਦੇਰੀਵਾਲ ਬੈਂਚਾ ਪ੍ਰਸਿੱਧ ਟਾਂਡੇ ਦਾ ਏਰੀਆ ਔਰ ਇੰਗਲਿਸ਼ ਮੀਡੀਅਮ ਦੇ ਵਿੱਚ ਨੌਜਵਾਨ ਨੇ ਬੀਏ ਨੂੰ ਪਾਸ ਕੀਤਾ ਹੈ ਪੰਜਾਬ ਦੇ ਕੱਪਾਂ ਦੇ ਵਿੱਚ ਸੱਭਾ ਥਿਆਲਾ ਸਾਹਿਬ ਦੀ ਟੀਮ ਦੇ ਲਈ ਖੇਡਦਾ ਰਾਇਲ ਕਿੰਗ ਔਰ ਜ਼ਿਲ੍ਹੇ ਹੁਸ਼ਿਆਰਪੁਰ ਦਾ ਮਾਣ ਮੱਤਾ ਖਿਡਾਰੀ ਇਸ ਵੇਲੇ ਕਬੱਡੀ 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 ਸਾਹਮਣੇ ਕੋਹਾਲੇ ਦੀ ਧਰਤੀ ਦਾ ਰੱਖਦਾ ਧੋਣ ਤੇ ਹੱਥ ਆਹ ਦੇਖ ਲਓ ਅਥਰਾ ਮੂੰਹ ਬੋਲਦਾ ਇਸ ਵੇਲੇ ਜ਼ੋਰ ਮਹਾਂਪੁਰਸ਼ ਮੁੱਖ ਮੰਚ ਦੇ ਉੱਪਰ ਸ਼ੋਭਤ ਨੇ ਔਰ ਮਨੀਲਾ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਖੁਸ਼ ਨੇ ਔਰ ਪੁਆਇੰਟ ਤਾਵੀਦ ਹੈ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਜੁੜ ਚੁੱਕਾ ਹੈ ਬਹੁਤ ਹੀ ਵਧੀਆ
इस वेले मैच चलता होया है कोहाड़ा वर्सेज तगड़ा बालनो ते सारी दिया टीमा संत बाबा सतपाल सिंह कबड्डी क्लब कारी सारी टीम जिहड़ी ग्राउंड दे विच रिपोर्ट करेगी। बनदी होई व्योंदबंदी दे विचों पड़दे उपर थापियां दोनों पासे मारियां जा रही है। हुशियारपुर की बहुत ही जिहड़ी माणमत्ती खेड कहांगा जिले हुशियारपुर दियां सब तो वध जिहड़ियां पिंड भर दियां टीमां बनदियां है और मालवे दे विचों सद्दा पत्र दित्ते जांदे है। बलविंदर हैलो हैलो कपूर पिंड ते आरगोवाल 75 किलो कपूर पिंड हाँ जी पिंड वार दा जिहड़ा पहला करवाउणा जां बाद दे विच पिंड वाला पहला जी ठीक है जी फिर कपूर पिंड वाले थोड़ा जिहा बाहर होके बहना बई 75 किलो वाले सैमीफाइनल वाले जिहड़े ग्राउंड दी बाउंडरी तो बाहर बैठणगे बालनो ते सारी दियां टीमां बड़ा तकड़ा मैच खेडिया जाऊगा। यह टीमां सनी वीर नूं मैं बेनती करांगा कि ग्राउंड दे विच आ जावे। आ नौजवान गुराया पिंड वाला बिल्लू जिथों दा दीपा बड़ा प्रसिद्ध होया है और गुराया दे पप्पू दा लड़का बाप ने बड़ी तकड़ी कबड्डी खेडी है। अगली रेट पौधा होया बहुत ही वधिया शरीर पालिया होया है गुंदिया होया शरीर है सामने कोहाले वाले सोनी दे नाल केसाधारी नौजवान हर की जे पुश मार के पॉइंट दा वाधा नौजवान ने कर लिया। अगली रेट कोहाले दे वलों सीने नाल ला के भी तू कीती बेईमानी बेजालमा कट्टे विच रोलती जवानी हुण बनदी होई व्योंतबंदी दे विचों जिगरा कौन करेगा कौन हौसला करेगा जिथे मैं सनी वीर का धन्यवाद करांगा कोचिंग भी दिंदा इन्हां नौजवानां नूं और अपनी टीम नूं लेके आवेगा। बालों दे नाल बहुत ही सोहना मैच खेडिया जाऊगा। भाई एक जोरदार ताड़ी मार दियो फिर मैं थानू दसांगा जिहड़े कबड्डी नूं प्यार करदे आ जरूर ताड़ी मार दियो। एक महापुरशां दे वलों अज दे खेल मैदान दे विच सनी वीर दे हाथ क्योंकि महापुरशां दे नाल बहुत डाढ़ा प्यार है। दुनिया का महान खिलाड़ी दुनिया का सब तो महंगा खिलाड़ी गुरविंदर सिंह पलवान कालमा पिंड वाला पक्के तौर पर संतां दी टीम दे लई खेडेगा जिन्ना चिर कबड्डी खेडेगा। एक बार जोरदार ताड़ी मार दियो ये पक्के तौर पर जिहड़ा पलवान खेडेगा कालमा पिंड वाला बहुत वड्डे मान की गल है और जदों भी पिंड पद्धर दे मुकाबले होणगे हुण कोई भी टीम ऑब्जेक्शन ना लावे पक्के तौर पर महापुरशां का आशीर्वाद जिहड़ा है ये बहुत वड्डे मुबारकां भी आ सनी सिया तुहानूं और लंबरदार जी तुहानूं भी मनीला वालों बहुत बहुत तुहानूं मुबारकां कि दुनिया का महान खिलाड़ी अज हामी भरी के कारी दिले पक्के तौर पर खेलेगा चार बारी विश्व कबड्डी कप के खेलने वाला खिलाड़ी लो सामने राणा वाह सुनिया कहते राणे वाह दी गल्ला इधर हल्की जी सट नौजवान महसूस करता हुआ है और तलोतन सिंह जी धामी साहब कहते कि पॉइंट जाफी दे बालनो वर्सेज सारी ये दोनों टीम ग्राउंड रिपोर्ट कर दें बालनो वर्सेज सारी जल्दी तो जल्दी दोनों टीम ग्राउंड रिपोर्ट कर अमन अगली कबड्डी के उपर हल्के हल्के कदम घ्यो खुआ के पालिया मैनू दुध चंगिया मैं मुझा मौरिया का बापू नू करवाणी ऐशपुरी मुल मौला मैं मां दियां चूरिया का दिल तो हो रिश्ते ये सारे कोई कम नहीं इन्हां विच दूरिया का बंटी रक्कड़ मां का प्यार मिले सब नू डर रहे बाप दियां कूरिया का मां का प्यार भी मिलना चाहिए और बापू दियां कूरिया का डर भी रहना चाहिए। बोलो वालिया एक पासे पड़ता बुलट मोटरसाइकिल अज जफा ला के दिखा दे सारी दी धरती से ऑनेस्टी दे नाल खेलेगा ते जरूर जिहड़ी स्पॉन्सरशिप आवेगी ये महापुरशां दी पावन पवित्र धरती दे उपर। एक पासे पंडित बुलवालिया और पॉइंट धावी दे हिस्से दे विच जुड़ चुका अमन मोती अगली कबड्डी नौजवान ने पसीने दे उपरों पिंडे दे उपरों पसीना पूंझिया अगली कबड्डी पौंद रही बहुत ही वधिया पूरे पंजाब भर दे विच रॉयल किंग दे लई खेडण वाला सभा थियाला होरां दी खेड क्लब दे लई जिथों दे सेठी दे रूपी दीआं गल्लां और महापुरशां दा आशीर्वाद है। इंटरनेशनल प्लेयर ने कदे प्रिंस खेडिया है कदे सत्तू दीआं गल्लां उस एरिया नूं बहुत वड्डा माण है और मुखमंच दे उपर साडे बंटी दे फादर साहब मैं सरदार जसवंत सिंह जी दा वी धन्नवाद करांगा और बहुत वड्डे माण दी गल है। अज दे खेड मैदान दे विच पुज्जियां शख्सियतां लो वेखो सामने अगली रेट दे उपर देखो पोते शीणियां मामां दे विच मैदान दे जोर अजमाउणगे जी दो नंबर दे उपर राणा फिर दो राणे बड़े प्रसिद्ध ने और पॉइंट धावी दे देखो सारी ते बालना सारी ते बालना सारी ते बालना दी टीम एंटर कर जाओ सारी ते बालना सारी वर्सेज बालना मैच अंतम पलां दे विच है टीमां ग्राउंड दे विच रिपोर्ट कर जाण देखो पोते शीड़ियां मामा दे एक पासे बिल्लू गुराया दी धरती दा तगड़ा दे पिंड पद्धर दे मुकाबले खेलदा ऑब्जेक्शन नहीं कीता जांदा है बिल्लू
ਮੈਨੂੰ ਬਹੁਤ ਹੀ ਸੋਹਣਾ ਹੈ ਲਾਜਵਾਲ ਦਾ ਸਰੀਰ ਔਰ ਤਜਰਬਾ ਬਹੁਤ ਹੀ ਵਧੀਆ ਹੈ ਕਿਉਂਕਿ ਬਾਪ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਪੁਆਇੰਟ ਲੈ ਕੇ ਆਪਣੇ ਪਾਲੇ ਦੇ ਵਿੱਚ ਦੇਖੋ ਪੁੱਤ ਇਹ ਛੀਣੀਆਂ ਬਾਹਾਂ ਦੇ ਵਿੱਚ ਮੈਦਾਨ ਦੇ ਜ਼ੋਰ ਅਜ਼ਮਾਉਣਗੇ ਜੀ ਠੱਲ ਪਾਉਣਗੇ ਕਈ ਮੈਦਾਨ ਅੰਦਰ ਕਈ ਚੀਤੇ ਵਾਂਗ ਟਾਉਣਗੇ ਜੀ ਮਸ ਹਾਥੀ ਜਿੰਨਾ ਜ਼ੋਰ ਰੱਖਣ ਸਰੀਰ ਅੰਦਰ ਕਈ ਬਿਲ ਵਿੱਚ ਮੈਦਾਨਾਂ ਦੇ ਬੱਲੇ ਬੱਲੇ ਕਰਵਾਉਣਗੇ ਜੀ ਦੁਨੀਆਂ ਦਾ ਮਹਾਨ ਖਿਡਾਰੀ ਲਾਇੰਸ ਕਬੱਡੀ ਕਲੱਬ ਸ਼ਾਹਕੋਟ ਦੀ ਰੀੜ ਦੀ ਹੱਡੀ ਮੰਨਣ ਵਾਲੇ ਦੋ ਭਰਾ ਸਲਾਮਦੀਨ ਤੇ ਫੌਜੀ ਸ਼ਾਮ ਚਰਾਸੀ ਗਰਾਊਂਡ ਦੇ ਵਿੱਚ ਪੁੱਜੇ ਨੇ ਅਵਤਾਰ ਬਾਜਵਾ ਜੀਆਂ ਦਾ ਮੈਂ ਧੰਨਵਾਦ ਕਰਾਂਗਾ ਫੌਜੀ ਸਾਹਿਬ ਇੱਕ ਵਾਰੀ ਬਾਂਹ ਖੜੀ ਕਰੀ ਜਵਾਨਾਂ ਦਰਸ਼ਕ ਪਿਆਰ ਦੇਣਗੇ ਦਰਸ਼ਕ ਵੀਰੋ ਮਾਰੋ ਤਾੜੀਆਂ ਇਸ ਲਾਜਵਾਨ ਦੇ ਲਈ ਜ਼ਿਲ੍ਹੇ ਹੁਸ਼ਿਆਰਪੁਰ ਦਾ ਬਹੁਤ ਹੀ ਮਹਾਨ ਔਰ ਮਹਿੰਗਾ ਖਿਡਾਰੀ ਮੌਜੂਦਾ ਸਮੇਂ ਦਾ ਅੱਜ ਇਸ ਖੇਡ ਮੈਦਾਨ ਦੇ ਵਿੱਚ ਮਹਾਂਪੁਰਸ਼ਾਂ ਦੇ ਲਈ ਕਬੱਡੀ ਪਾਵੇਗਾ ਔਰ ਮੈਂ ਸਨੀ ਵੀਰ ਦਾ ਵੀ ਇੱਕ ਵਾਰੀ ਧੰਨਵਾਦ ਕਰਾਂਗਾ ਜਿਹੜਾ ਇਹਨਾਂ ਨੌਜਵਾਨਾਂ ਨੂੰ ਲੈ ਕੇ ਕੋਚਿੰਗ ਦਿੰਦਾ ਬਿੱਲਾ ਡਗਾਣੇ ਪਿੰਡ ਵਾਲਾ ਅਗਲੀ ਕਬੱਡੀ ਭਾਜੀ ਅਮਰਜੀਤ ਸੋਢੀ ਸਾਹਿਬ ਤੱਕਦੇ ਹੋਣਗੇ ਕਿ ਡਗਾਣੇ ਦੀ ਧਰਤੀ ਨੂੰ ਵੀ ਬਹੁਤ ਵੱਡਾ ਮਾਣ ਹੈ ਕਦੇ ਗੌਰ ਦੀਆਂ ਗੱਲਾਂ ਕਦੇ ਬਿੱਲੇ ਦੀਆਂ ਕਦੇ ਸਾਹਬੀ ਦੀਆਂ ਗੱਲਾਂ ਹੁੰਦੀਆਂ ਲਓ ਸਾਹਮਣੇ ਸਨੀ ਦੇ ਨਾਲ ਬਹੁਤ ਹੀ ਸੋਹਣਾ ਮੁਕਾਬਲਾ ਹੈ ਔਰ ਟੈਕਨੀਕਲੀ ਪੁਆਇੰਟ ਪਹਿਲਾਂ ਵੀ ਇੱਥੋਂ ਗਈ ਲਾਹੌਦਾ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਿਆ ਹੈ ਔਰ ਆਹ ਵੀ ਜਿਹੜਾ ਪੁਆਇੰਟ ਆਪਣੀ ਟੀਮ ਦੇ ਲਈ ਲਾਹੌਦਾ ਨੇ ਜੋੜ ਲਿਆ ਚੂਨੇ ਵਾਲੇ ਭਾਜੀ ਅੱਗੇ ਬੇਨਤੀ ਆ ਚੂਨਾ ਬਾਦ ਵੇਕਾਰੀ ਲੈਣਾ ਦੇ ਸਾਈਡਾਂ ਤੇ ਚੂਨਾ ਬਾਦ ਵੇਕਾਰੀ ਲੈਣਾ ਦੇ ਤੇ ਸਾਰੀ ਤੇ ਬਾਲਣਾ ਦੇ ਮੈਚ ਤੋਂ ਬਾਅਦ ਕਪੂਰ ਪਿੰਡ ਤੇ ਅਰਗੋਵਾਲ 75 ਕਿਲੋ ਕਪੂਰ ਪਿੰਡ ਤੇ ਅਰਗੋਵਾਲ 75 ਕਿਲੋ ਠੀਕ ਹੈ ਜੀ ਕਪੂਰ ਪਿੰਡ ਵਰਸ ਅਰਗੋਵਾਲ 75 ਕੇਜੀ ਦਾ ਜਿਹੜਾ ਸੈਮੀਫਾਈਨਲ ਰਾਣੇ ਦੇ ਨਾਲ ਬਹੁਤ ਹੀ ਸੋਹਣਾ ਮੁਕਾਬਲਾ ਹੈ ਕਦੇ ਰਾਣੇ ਵੱਜਦੀਆਂ ਗੱਲਾਂ ਔਰ ਬਹੁਤ ਹੀ ਸੋਹਣਾ ਜਿਹੜਾ ਪੁਆਇੰਟ ਅਮਨ ਅਗਲੀ ਕਬੱਡੀ ਪਾਵੇਗਾ ਬਹੁਤ ਹੀ ਸੋਹਣਾ ਸਰੀਰ ਆ ਨੌਜਵਾਨ ਦਾ ਉੱਚਾ ਲੰਬਾ ਕੱਦ ਇੱਧਰ ਦੀਪੂ ਵੀ ਆ ਗਿਆ ਹਾਰੀ ਵੀ ਆ ਗਿਆ ਹੈ ਅੱਜ ਇਹਨਾਂ ਖਿਡਾਰੀਆਂ ਦਾ ਸਤਿਕਾਰ ਕੀਤਾ ਜਾਵੇਗਾ ਔਰ ਕਬੱਡੀ ਖੇਡ ਜਗ ਦੇ ਵਿੱਚ ਬਹੁਤ ਹੀ ਵਧੀਆ ਗੱਲ ਜਿਹੜੀ ਜਦੋਂ ਅਗਲੇ ਰਾਊਂਡ ਦੇ ਵਿੱਚ ਜਾਵੇਗੀ ਜਿੱਥੇ ਹਰਪ੍ਰੀਤ ਹੈਪੀ ਬਿਜਲੀ ਖੇਡਿਆ ਇੰਗਲੈਂਡ ਦੀ ਧਰਤੀ ਦੇ ਉੱਪਰ ਅਮਨ ਤੇ ਸਨੀ ਦੇ ਵਿੱਚ ਬਹੁਤ ਹੀ ਸੋਹਣਾ ਮੁਕਾਬਲਾ ਕੁਹਾਲੇ ਦੀ ਧਰਤੀ ਦਾ ਅੜਿੱਕਾ ਸਿੰਘ ਬਣਦਾ ਹੋਇਆ ਔਰ ਅੰਦਾਜ਼ ਉਹੀ ਨੌਜਵਾਨ ਦਾ ਹੈ ਔਰ ਤਿੰਨ ਜਿਹੜੇ ਪੁਆਇੰਟ ਹੈ ਬਹੁਤ ਹੀ ਸੋਹਣੇ ਟੈਕਨੀਕਲੀ ਲਏ ਨੌਜਵਾਨ ਤਿੰਨੇ ਦੇ ਤਿੰਨੇ ਜਿਹੜੇ ਪੁਆਇੰਟ ਇਸੇ ਜਗ੍ਹਾ ਦੇ ਉੱਪਰ ਔਰ ਟੈਕਨੀਕਲੀ ਪੁਆਇੰਟ ਆਪਣੀ ਟੀਮ ਦੇ ਲਈ ਨੌਜਵਾਨ ਨੇ ਜੋੜੇ ਅਗਲੀ ਰੇਡ ਲੋਹੇ ਵਰਗੇ ਪਰਦੇ ਉੱਪਰ ਥਾਪੀਆਂ ਐਵੇਂ ਨਹੀਂ ਵੱਜਦੀਆਂ ਲੋਗੜ ਬਲਵਿੰਦਰ ਸਿੰਘ ਪੂਰਾ ਨਾਮ ਹੈ ਪੰਜਾਬ ਪੁਲਿਸ ਦੇ ਵਿੱਚ ਜੋਬ ਕਰਦਾ ਹੈ ਔਰ ਨਾ ਇਹ ਗੁੱਟ ਫੜਦਾ ਨਾ ਕੈਂਚੀ ਮਾਰਦਾ ਝਗੜ ਕੇ ਨੰਬਰ ਲੈ ਲੈਂਦਾ ਔਰ ਦੁਨੀਆਂ ਦੀਵਾਨੀ ਹੈ ਇਸ ਖਿਡਾਰੀ ਦੀ ਮਾਣਮੱਤਾ ਖਿਡਾਰੀ ਜ਼ਿਲ੍ਹੇ ਹੁਸ਼ਿਆਰਪੁਰ ਦਾ ਲਓ ਸਾਹਮਣੇ ਅਗਲੀ ਰੇਡ ਦੇ ਉੱਪਰ ਕਮਾਲ ਕੌਣ ਕਰੇਗਾ ਲੋਗੜ ਦੇ ਨਾਲ ਮੁਕਾਬਲਾ ਔਰ ਪੁਆਇੰਟ ਬਹੁਤ ਹੀ ਜਿਹੜਾ ਪੁਆਇੰਟ ਹੈ ਉਹ ਬਿਹਤਰੀਨ ਜਿਹੜਾ ਨੰਬਰ ਇੱਕ ਜੁੜਦਾ ਹੋਇਆ ਅਗਲੀਆਂ ਟੀਮਾਂ ਬਈ ਸਾਰੀ ਦੀ ਟੀਮ ਜਿਹੜੀ ਲਗਭਗ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ ਇੱਕ ਦੋ ਪਲੇਅਰ ਬਾਹਰ ਨੇ ਔਰ ਵਾਲਨੋ ਦੀ ਟੀਮ ਨੂੰ ਮੈਂ ਕਾਲ ਕਰਦਾ ਕਿ ਜਲਦੀ ਤੋਂ ਜਲਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਰਿਪੋਰਟ ਕਰ ਜਾਵੇ ਵਾਲਨੋ ਦੀ ਟੀਮ ਵੀ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ ਔਰ ਬਹੁਤ ਹੀ ਵਧੀਆ ਜਿਹੜਾ ਮੈਚ ਖੇਡਿਆ ਜਾਵੇਗਾ ਸਨੀ ਵਾਲਨੋ ਵਾਲਾ ਹੱਥ ਖੜਾ ਕਰਕੇ ਦੱਸਦਾ ਹੈ ਔਰ ਪੰਜਾਬ ਦੇ ਮੇਲੇ ਲੁੱਟਣ ਵਾਲਾ ਖਿਡਾਰੀ ਅਗਲੀ ਕਬੱਡੀ ਦੇ ਉੱਪਰ ਕਮਾਲ ਕੀ ਕਰਕੇ ਆਵੇਗਾ ਦੋ ਨੰਬਰ ਦੇ ਉੱਪਰ ਖੁੱਚ ਪੱਟੀ ਇੱਕ ਪਾਸੇ ਅਮਨ ਮਾਰ ਕੇ ਲਪੇਟਾ ਕਈ ਦਿੰਦੇ ਨੇ ਕਮੇਟੇ ਵਾਲੀ ਗੱਲ ਕੀਤੀ ਨੌਜਵਾਨ ਨੇ ਔਰ ਬਹੁਤ ਹੀ ਵਧੀਆ ਜਿਹੜਾ ਇਸ ਵੇਲੇ ਬਿਹਤਰੀਨ ਪ੍ਰਦਰਸ਼ਨ ਔਰ ਹਿੱਕ ਵਾਲੇ ਜ਼ੋਰ ਦੇ ਨਾਲ ਸਰਨਾਮਾ ਦੱਸਿਆ ਜਿਹਦੀ ਖੇਡਦੀ ਹੈ ਦੁਨੀਆਂ ਦੀ ਬਾਨੀ ਜਿੱਥੇ ਖੇਡਦਾ ਕਰਾਉਂਦਾ ਪੂਰੀ ਅੱਤ ਗੱਭਰੂ ਟੱਚ ਲਾਉਣ ਦਾ ਇਹਦਾ ਅੰਦਾਜ਼ ਵੱਖਰਾ ਧੂੜਾ ਦਿੰਦਾ ਮੈਦਾਨ ਵਿੱਚ ਪੱਟ ਗੱਭਰੂ ਰੁਮਾਂਚ ਵੱਖਰਾ ਹੁੰਦਾ ਇਹਦੀ ਖੇਡਦਾ ਜੀ ਹੈਪੀ ਕੜਿਆਣਾ ਉਹ ਹੈ ਫੌਜੀ ਸ਼ਾਮ 84 ਜਿਹੜਾ ਛੇਤੀ ਕੀਤਾ ਨਹੀਂ ਆਉਂਦਾ ਹੱਥ ਗੱਭਰੂ ਇੱਕ ਪਾਸੇ ਬਲਵਿੰਦਰ ਸਿੰਘ ਲੋਗਣ ਔਰ ਪੁਆਇੰਟ ਜਾਫੀ ਦਾ ਤਗੜਾ ਦੇ ਖਾਤੇ ਦੇ ਵਿੱਚ ਨੰਬਰ ਦਾ ਵਾਧਾ ਹੋ ਚੁੱਕਾ ਬਿੱਲੂ ਗਰਾਇਆਂ ਦੀ ਧਰਤੀ ਦਾ ਅਗਲੀ ਕਬੱਡੀ ਬਹੁਤ ਹੀ ਸੋਹਣਾ ਨੌਜਵਾਨ ਦਾ ਸਰੀਰ ਵੇਖੋ ਕੱਲਾ ਕੱਲਾ ਮਸਲ ਔਰ ਲੋਹੇ ਵਰਗੇ ਸਰੀਰ ਜਿਹੜੇ ਬਣਾਉਣੇ ਪੈਂਦੇ ਹੈ ਅਗਲੀ ਰੇਟ ਪਾਉਂਦਾ ਹੋਇਆ ਦਰਸ਼ਕ ਦੀਵਾਨੇ ਨੇ ਕਬੱਡੀ ਦੇ ਔਰ ਜ਼ਿਲ੍ਹੇ ਹੁਸ਼ਿਆਰਪੁਰ ਨੂੰ ਬੱਬਰ ਸ਼ਹੀਦਾਂ ਦੀ ਧਰਤੀ ਔਰ ਜੇ ਮੈਂ ਕਹਾਂ ਸਭ ਤੋਂ ਵਧੀਆ ਪੜ੍ਹੇ ਲਿਖੇ ਸਮਾਜ ਦਾ ਏਰੀਆ ਵਾਤਾਵਰਨ ਬਹੁਤ ਹੀ ਵਧੀਆ ਸ਼ਿਵਾਲਿਕ ਦੀਆਂ ਪਹਾੜੀਆਂ ਆਹ ਨੌਜਵਾਨ ਵਧੀਆ ਹਿੱਕ ਦੇ ਵਿੱਚ ਕੈਂਚੀ ਬਹੁਤ ਹੀ ਵਧੀਆ ਗਿੱਟਾ ਚੁੱਕਿਆ ਨੱਕ ਨੂੰ ਨਾਗਵਾਲ ਐਸ ਪੰਜ ਉੱਪਰ ਦਰਸ਼ਕ ਜ਼ਰੂਰ ਨਜ਼ਾਰਾ ਲੈਣਗੇ ਕਬੱਡੀ ਦੇ ਪ੍ਰੇਮੀਆਂ ਨੇ ਤਾੜੀ ਮਾਰ ਕੇ ਸਵਾਗਤ ਕਰ ਦਿੱਤਾ ਹੈ ਔਰ ਵਧੀਆ ਜ਼ਫਾ ਨੌਜਵਾਨ ਨੇ ਲਾ ਦਿੱਤਾ ਬਹੁਤ ਹੀ ਸੋਹਣਾ ਪੁਆਇੰਟ ਜੋੜ ਲਿਆ ਦੁਨੀਆਂ ਦਾ ਮਹਾਨ ਖਿਡਾਰੀ ਹੈਲੋ ਗੁਰਵਿੰਦਰ ਸਿੰਘ ਪਹਿਲਵਾਨ ਪਹਿਲਾਂ ਪਹਿਲਵਾਨੀ ਕੀਤੀ ਉਸ ਤੋਂ ਬਾਅਦ ਖੇਡ ਕਬੱਡੀ ਦੇ ਨਾਲ ਜੁੜਿਆ ਹੈ ਔਰ ਕਬੱਡੀ ਖੇਡ ਜਗ ਦਾ ਉਹ ਮਹਾਨ ਖਿਡਾਰੀ ਜਿਹਨੇ ਅੱਜ ਵਾਅਦਾ ਕੀਤਾ ਚਾਰ ਵਾਰੀ ਵਿਸ਼ਵ ਕਬੱਡੀ ਕੱਪ ਦੇ ਵਿੱਚ ਚੋਣ ਕੀਤੀ ਗਈ ਔਰ ਅੱਜ ਵਾਅਦਾ ਕੀਤਾ ਕਿ ਪੱਕੇ ਤੌਰ ਤੇ ਸਾਰੀ ਪਿੰਡ ਦੇ ਲਈ ਖੇਡੇਗਾ ਪਹਿਲਵਾਨ ਸਾਹਿਬ ਇੱਕ ਵਾਰੀ ਫਤਿਹ ਸਾਂਝੀ ਕਰ ਲਾਉਂਦਾ ਦਰਸ਼ਕੋ ਮਾਰੋ ਤਾੜੀਆਂ ਇਸ ਨੌਜਵਾਨ ਦੇ ਲਈ
दुनिया का महान खिलाड़ी जरा ग्राउंड के माइक ओवर टू स्टेज। हां जी पवन जी, कपूर पिंड ते अरगोवाल, हां जी दोनों टीमों बिच ठीक है जी। 75 किलो दिया कपूर पिंड वाले हाथ खड़ा करो जरा, 75 किलो कपूर पिंड अरगोवाल, 75 किलो अरगोवाल। इस तो अगला इस मैच तो बाद अगला मैच होगा संत बाबा सतपाल सिंह कबड्डी क्लब सारी और बालों दी टीमों तो बाद मैच जरा 75 किलो का खेडा जाएगा। बहुत ही वधिया मैच इस वेले चल रहे हैं और बहुत ही वधिया जिहड़ियां टीमां एरकां दे खेड मैदान दे विच पुज्जियां है। मैं सारे खिलाड़ियों का बहुत बहुत धन्यवाद करांगा, राणा जां फिर लोगड़ जां फिर पाली कन्नी उपर सामने राणे दे नाल बहुत ही सोहना मुकाबला चलता होया है। गुट फड़ के कैची लावेगा, मार के लपेटा कई देंदे ने कमेटा, वक्त समा और रही वास्ते कत्त समय ने एक ना मन्नी, मैं फड़ फड़ रही तरीक समय खिसकाई कन्नी पॉइंट इहदे नाल मैच का समा समाप्त। जिता हरां दीआं घड़ियां नज़दीक चलते हुए मैच दे विच बहुत ही वधिया मैच खेडिया गया है। कोहाले दे नंबर 10 और तगड़ा दे नंबर 14.5 तगड़ा दी टीम जीतू रही। अरगोवाल वाले बारे बैठ जाओ जी, ओए बारे बैठ जाओ बारे, बालनों वाले आ गए जी। हाँ जी बालनों की टीम बिच है ठीक है जी। ते पहला जिहड़ा पिंड पद्धर का मैच होगा उस बाद मुकाबला जिहड़ा खेडिया जाऊगा 75 किलो का पहला सैमीफाइनल, उस तो बाद संत बाबा सतपाल सिंह कारी सारी और दूसरे पास संत बाबा सतपाल सिंह जी सारी ते कारी, ये दोनों टीमां ग्राउंड दे विच रिपोर्ट कर गया। पहला सारी ते बालनौरा मैच होगा जी, पहला हाँ सारी ते बालनौरा। हाँ जी हाँ जी हाँ जी, पिंड पद्धर दा बोल रहा मैं, 75 किलो दा बोल रहा, 75 किलो दा जिहड़ा सैमीफाइनल मैच है वह कारी ते सारी दे विच है। आ बालनौ ते सारी दे विच पिंड पद्धर तीन खिलाड़ी बाहरों, मरनाइयां वाला जगदीप भी तक रहा है, जिथे प्लेयर बहुत वधिया है उत्थे इंसान बहुत ही वधिया है, क्योंकि महापुरशां दा आशीर्वाद जिस नौजवान दे उपर पै जावे वह हीरे बन जांदे ने। मैं हर खेड मैदान दे विच जिक्र करिया करदा महापुरशां दी धरती दा और जिस धरती नूं रुतबा उस परवरदगार ने आप बख्शिया है और सारे पासे लुकाई दे विच चर्चा महापुरशां दी। हैलो ओपन दीआं टासां लगे पाउण बई डेरा बाबा नानक बजोड़ा प्याला शकरपुर ढंडे कारी सलाना हरखोवाल हीरापुर हेलना तगड़ा इन्हों दोनों टीमों चो जेतू रख लेना जी। जेतू टीमों का एक एक प्लेयर मुख सेज के उपर रिपोर्ट कर जाए। पहली कबड्डी कौन पारिया अवतार सिंह बाजवा तारू के नाँ के नाल प्रसिद्धियां दसूए का एरिया मशहूर कर दिता कबड्डी के विच और उस एरिए दे कदे कमल दीआं गल्लां हुंदीआं है। बहुत ही वधिया खिडारी इस वेले दसूए की धरती का अवतार और सामने अड़िका सिंह बहुत ही वधिया जफा लाने की पूरी कोशिश के बिच है। बालों की धरती दीपे वर्गे रवि वर्गे खिडारी इस पास उपर दर्शक जरूर नजारा लैणगे, बहुत ही वधिया। एक पासे तारू अवतार लंबी भाज भजनी पवेगी क्योंकि 30 सैकंड की पैबंद कबड्डी है। नंबर रेडर हैलो ओपन दिया जिहड़ियां टीमां जीतियां एक एक प्लेयर आ जाओ टासा लगे पाउण आपां ओपन दिया। हाँ जी हाल ओपन दिया जिहड़ियां जेतू टीमां सामने हरप्रीत हैप्पी बिजली इंटरनेशनल प्लेयर बहुत ही वधिया स्वागत कर देंदे ताड़ियां दे नाल सरदार जोगिंदर सिंह छिंदा माण महसूस करता है। जिथे गल इंग्लैंड की धरती के उपर खेडण वाला खिलाड़ी है चैंपियनशिप सामने दीपू अगली कबड्डी इस नौजवान का भी सत्कार किया जाएगा। अज के खेड मैदान सारी दे वलों नचदा टपदा पॉइंट लैके वापस मनजिंदर अगली कबड्डी काले संघियां की धरती दा अगली रेड पौंदले बहुत ही सोहना केसा धारी नौजवान हुण चार बहुत ही वधिया जिहड़ा प्रदर्शन। एक पासे दुनिया का महान खिलाड़ी गुरविंदर कालमा पिंड वाला जिहड़ा पक्के तौर पर संतां की टीम दे सारी दे खेडेगा, चार बारी विश्व कबड्डी कप दे विच चोण होई भारी दे नाल बहुत ही सोहना मुकाबला और पॉइंट जिहड़ा भारी ने अपने हिस्से दे विच जोड़ लिया। कई कैंची लक उत्ते जड़दे कई मार लहंदियां विच छाला के उड़दे परिंदियां नूं फड़दे कई बना दिंदे रेल खरे धावियां दी ला जफे अत करदे कोई जफ्फियां दे विच अत करेगा कोई कबड्डी पा के एन पौणा दे विच संगीत गूंजण वाली गल करेगा उड़दा पंछी घेन दी पूरी जतन सजे खबे और पॉइंट रेडर दे हिस्से दे विच जुड़ चुका है। अज माण है सारे नगर दे उपर महापुरशां दी चंचो प्रभ धरती और गैदरिंग बहुत ही वधिया है। बहुत ही पुराना कबड्डी टूरनामेंट और होले महल्ले नूं समर्पित महापुरशां दी देखरेख हेठ करवाया जांदा है। हेलो ओपन दीआं जा रहे टीमां आ जाओ बाद च कोई इतराज ना करे ओपन दीआं डेरा बाबा नानक बजोड़ा प्याला शक्करपुर ढंडे कारी
ਥਲਾਣਾ ਹਰਖਵਾੜ ਹੀਰਾਪੁਰ ਹਿਲਰਾਂ ਤੇ ਤਗੜਾ ਇਹਨਾਂ ਚੋਂ ਇੱਕ ਜੇਤੂ ਰੱਖ ਲੈਣੀਆਂ ਜੀ ਬਾਅਦ ਚੋਂ ਕੋਈ ਵੀ ਟੀਮ ਆਬਜੈਕਸ਼ਨ ਨਾ ਕਰੇ ਜੇਤੂ ਟੀਮਾਂ ਦਾ ਇੱਕ ਖਿਡਾਰੀ ਦੀਪੂ ਅਗਲੀ ਕਬੱਡੀ ਸਾਰੀ ਪਿੰਡ ਵਾਲਾ ਅਗਲੀ ਕਬੱਡੀ ਇੱਕੋ ਜਿਹਾ ਬਦਨ ਇੱਕੋ ਜਿਹੀ ਉਮਰ ਹੋਵੇਗੀ ਔਰ ਸਾਹਮਣੇ ਨੌਜਵਾਨ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਹੈ ਸੱਜੇ ਖੱਬੇ ਔਰ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਾ ਉੜਦੇ ਪੰਛੀ ਵੀ ਸਰਨਾਮਾ ਪੁੱਛਦੇ ਨੇ ਪੰਛੀਆਂ ਕੋਲੋਂ ਪੁੱਛਾਂ ਮੈਂ ਹਵਾਵਾਂ ਕੋਲੋਂ ਪੁੱਛਾਂ ਮੈਚ ਨੇ ਕਬੱਡੀ ਵਾਲੇ ਕਿਹੜੇ ਕਿਹੜੇ ਥਾਂ ਕਿਹੜੇ ਕਿਹੜੇ ਗੱਭਰੂ ਨੇ ਖੇਡਣੇ ਮੈਦਾਨ ਵਿੱਚ ਚੜਿਆ ਏ ਅੱਜ ਮੈਨੂੰ ਗੋਡੇ ਗੋਡੇ ਚਾ ਧਾਵੀਆਂ ਨੇ ਕਰਨੀਆਂ ਹਵਾਵਾਂ ਨਾਲ ਗੱਲਾਂ ਜਾਫੀਆਂ ਨੇ ਲੈਣੇ 10 ਪੇਚੇ ਕਿੱਥੇ ਪਾ ਪੰਛੀਆਂ ਕੋਲੋਂ ਪੁੱਛਾਂ ਮੈਂ ਹਵਾਵਾਂ ਕੋਲੋਂ ਪੁੱਛਾਂ ਮੈਚ ਨੇ ਕਬੱਡੀ ਵਾਲੇ ਕਿਹੜੇ ਕਿਹੜੇ ਥਾਂ ਆ ਵੀ ਨੌਜਵਾਨ ਨੂੰ ਬਿਜਲੀ ਕਹਿੰਦੇ ਪਿਆਰ ਦੇ ਨਾਲ ਔਰ ਬਹੁਤ ਹੀ ਸੋਹਣਾ ਪੰਜਾਬ ਪੁਲਿਸ ਦੇ ਵਿੱਚ ਜੌਬ ਕਰਦਾ ਭਲਵਾਨੀ ਵੀ ਕਰਦਾ ਹੈ ਔਰ ਸਾਰੀ ਪਿੰਡ ਦੇ ਲਈ ਪੱਕੇ ਤੌਰ ਤੇ ਖੇਡਣ ਵਾਲਾ ਖਿਡਾਰੀ ਹੈ ਬਹੁਤ ਹੀ ਵਧੀਆ ਪੁਆਇੰਟ ਨੌਜਵਾਨ ਨੇ ਜੋੜ ਲਿਆ ਅਵਤਾਰ ਤਾਰੂ ਅਗਲੀ ਰੇਟ ਪੈਰ ਤਿਲ ਗਿਆ ਨੌਜਵਾਨ ਦਾ ਹਾਂਜੀ ਪਵਨ ਜੀ ਹੈਲੋ ਆ ਲਾਸਟ ਕਾਲ ਆ ਟਾਸਾਂ ਲੱਗੇ ਪੈਣ ਬਾਅਦ ਚ ਕੋਈ ਵੀ ਟੀਮ ਆਬਜੈਕਸ਼ਨ ਨਾ ਕਰੇ ਬਸ ਲਾਸਟ ਕਾਲ ਆ ਜੀ ਟਾਸਾਂ ਲੱਗੇ ਪਾਉਣ ਆ ਠੀਕ ਹੈ ਜੀ ਅਗਲੀ ਕਬੱਡੀ ਉਧਰ ਸਾਡਾ ਸਨੀ ਵੀਰ ਵੀ ਫਿਲਮ ਬਣਾਉਂਦਾ ਹੋਇਆ ਹੈ ਕਿਉਂਕਿ ਇਹਦੇ ਵਿੱਚੋਂ ਟੱਚ ਦੇਖੇ ਜਾਣਗੇ ਇੱਕ ਪਾਸੇ ਦੁਨੀਆ ਦਾ ਮਹਾਨ ਖਿਡਾਰੀ ਆਪਾਂ ਕੁਝ ਨਾ ਕੁਝ ਸਿੱਖਣਾ ਦੇਖੋ ਕਿਸ ਤਰ੍ਹਾਂ ਚੈਨ ਨੂੰ ਘੁਮਾ ਰਿਹਾ ਹੈ ਔਰ ਟੱਚ ਤੋਂ ਮੌਕਾ ਦਿੱਤਾ ਜਾ ਰਿਹਾ ਕਿ ਜਿਹੜੇ ਨਵੇਂ ਖਿਡਾਰੀ ਚੈਨ ਦੇ ਵਿੱਚ ਉਹ ਜੱਫਾ ਭਰਨ ਲਓ ਸਾਹਮਣੇ ਫੇਰ ਦੋਹਰਾ ਜੱਫਾ ਜੇ ਬਿਜਲੀ ਫੇਰ ਕੋਸ਼ਿਸ਼ ਹੈ ਬਾਰ ਬਾਰ ਯਤਨ ਕਰਦਾ ਹੋਇਆ ਉੱਠ ਦੇ ਨਾਲ ਖੇਡ ਤਾਂ ਸਹੀ ਪਰ ਆਹ ਪੁਆਇੰਟ ਧਾਵੀ ਦਾ ਤਾੜੀ ਜ਼ਰੂਰ ਮਾਰਦੇ ਹੋ ਨੌਜਵਾਨ ਨੰਬਰ ਲੈ ਕੇ ਵਾਪਸ ਆਇਆ ਨੌਜਵਾਨ ਇਹ ਬੜੀ ਔਖੀ ਹੈ ਕਬੱਡੀ ਜਿਹੜੀ ਖੇਡਦੀ ਹੈ ਦੁਨੀਆ ਦੀਵਾਨੀ ਦੀਪੂ ਅਗਲੀ ਰੇਟ ਪਾਵੇਗਾ ਦੇਖੋ ਪੋਤੇ ਛੀੜੀਆਂ ਮਾਵਾਂ ਦੇ ਅਗਲੀ ਰੇਟ ਪਾਉਂਦਾ ਹੈ ਹੁਣ ਕੌਣ ਬੰਦੇ ਦੇ ਲੱਖ ਜਿੱਡੀ ਕੈਂਚੀ ਸਨੀ ਸਿਆ ਤੇਰੇ ਜੱਫਿਆਂ ਦਾ ਰੌਲਾ ਵਾਹਵਾ ਪੈਂਦਾ ਬਲ ਲਾਉਂਦੀ ਧਰਤੀ ਦਾ ਇਹ ਪ੍ਰਸਿੱਧ ਖਿਡਾਰੀਆਂ ਦੀ ਟੀਮ ਔਰ ਖਿਡਾਰੀਆਂ ਦਾ ਨਗਰ ਲਓ ਸਾਹਮਣੇ ਸਨੀ ਕੋਸ਼ਿਸ਼ ਕਰਦਾ ਹੋਇਆ ਅੱਖਾਂ ਤੋਂ ਬਿੱਲਾ ਹੈ ਨੌਜਵਾਨ ਪਰ ਦੀਪੂ ਬਹੁਤ ਹੀ ਵਧੀਆ ਤਜਰਬਾ ਨੌਜਵਾਨ ਦਾ ਨੰਬਰ ਲੈ ਕੇ ਵਾਪਸ ਪਾਲੇ ਦੇ ਵਿੱਚ ਕਿ ਕੈਂਚੀ ਲੱਕ ਉੱਤੇ ਜੜਦੇ ਕਿ ਮਾਰ ਲਹੰਦਿਆਂ ਵਿੱਚ ਛਾਲਾ ਕਿ ਉੜਦੇ ਪਰਿੰਦਿਆਂ ਨੂੰ ਫੜਦੇ ਕਿ ਬਣਾ ਦਿੰਦੇ ਰੇਲ ਖਰੇ ਧਾਵੀਆਂ ਦੀ ਜਾਂ ਜੱਫੇ ਅੱਤ ਕਰਦੇ ਬਗਲਬਾਨ ਦੀ ਪੂਰੀ ਕੋਸ਼ਿਸ਼ ਮੇਰੇ ਖਿਆਲ ਨਿੰਦਰ ਬਹੁਤ ਹੀ ਵਧੀਆ ਪਵਨ ਦੱਸੀ ਨਾ ਕੀ ਮੁੰਡੇ ਦਾ ਠੀਕ ਹੈ ਰੂਪਲ ਦਾ ਕਜ਼ਨ ਨਰਿੰਦਰ ਬਹੁਤ ਹੀ ਵਧੀਆ ਕੋਸ਼ਿਸ਼ ਕਰਦਾ ਹੋਇਆ ਅਵਤਾਰ ਤਾਰੂ ਅਗਲੀ ਕਬੱਡੀ ਲੰਘੇ ਪਿੰਡਿਆਂ ਤੇ ਸੂਰਜ ਦੀ ਧੁੱਪ ਪੈਂਦੀ ਪਸੀਨੇ ਗੋਰੇ ਪਿੰਡਿਆਂ ਦੇ ਵਿੱਚੋਂ ਰਿੜਨ ਲੱਗੇ ਉੱਡ ਗਏ ਗੱਲ ਜੰਗਲ ਦੀ ਅੱਗ ਵਾਂਗੂ ਆ ਜਾਓ ਭੇੜ ਨੇ ਕਬੱਡੀ ਦੇ ਭਿੜਨ ਲੱਗੇ ਸਪੀਕਰ ਗੂੰਜਦਾ ਸੁਣੇ ਚੌਹੀ ਪਿੰਡੀ ਸੁਰਬਾਂਗ ਤੁੰਬੇ ਦੀਆਂ ਤਾਰਾਂ ਦੇ ਛਿੜਨ ਲੱਗੇ ਪੱਤੋ ਵਾਲੀਆਂ ਬੰਨੇ ਤੇ ਦੇਖ ਖੜਕੇ ਸਾਨ ਵਿੱਚ ਮੈਦਾਨ ਦੇ ਭਿੜਨ ਲੱਗੇ ਪਹਿਲਾਂ ਵੀ ਜਿਗਰਾ ਕੀਤਾ ਫੇਰ ਜਿਗਰਾ ਕੀਤਾ ਉਹੀ ਅੰਦਾਜ਼ ਉਹੀ ਵਕਤ ਪਰ ਹੁਣ ਕਾਮਯਾਬੀ ਨੌਜਵਾਨ ਨੂੰ ਮਿਲ ਗਈ ਹੈ ਕੋਈ ਗੱਲ ਨੀ ਜਦੋਂ ਲਾਈਟਾਂ ਜਗਾਵਾਂਗੇ ਕਰ ਦਿਆਂਗੇ ਲਓ ਅਗਲੀ ਰੇਟ ਦੇ ਉੱਪਰ ਚੈੱਕ ਕਰਨੀਆਂ ਪਹਿਲਾਂ ਹਾਂਜੀ ਮੈਂ ਵੀਰਾਂ ਨੂੰ ਬੇਨਤੀ ਕਰਾਂਗਾ ਜਿਹੜੇ ਲਾਈਟਾਂ ਦੇ ਪੋਲ ਹੈ ਮਾੜਾ ਜਿਹਾ ਲਾਈਟਾਂ ਚੈੱਕ ਕਰਨੀਆਂ ਉਧਰ ਭਾਰੀ ਨੇ ਜੱਫਾ ਭਰ ਦਿੱਤਾ ਹੈ ਇਹਨਾਂ ਪੋਲਾਂ ਤੋਂ ਥੋੜਾ ਥੋੜਾ ਪਿੱਛੇ ਹੋ ਜਾਓ ਕੋਈ ਇਹਦੇ ਵਿੱਚ ਸ਼ਾਰਟ ਸਰਕਟ ਨਾ ਹੋਵੇ ਪਹਿਲਾਂ ਲਾਈਟਾਂ ਨੂੰ ਚੈੱਕ ਕੀਤਾ ਜਾਊਗਾ ਬਾਅਦ ਦੇ ਵਿੱਚ ਰਾਤ ਨੂੰ ਲਾਈਟਾਂ ਦੀ ਲੋੜ ਪੈਣੀ ਇਸ ਕਰਕੇ ਜਿਹੜੇ ਪੋਲਾਂ ਦੇ ਨਜ਼ਦੀਕ ਨੇ ਉਹ ਥੋੜਾ ਥੋੜਾ ਪੋਲਾਂ ਨੂੰ ਛੱਡ ਦਿਓ ਭਾਜੀ ਕੁਰਸੀ ਤਾਂ ਨਹੀਂ ਪੋਲ ਦੇ ਨਾਲ ਲੱਗੀ ਸਾਹਮਣੇ ਥੋੜਾ ਜਿਹਾ ਪੋਲ ਦੇ ਨਾਲ ਤੁਹਾਡੀ ਕੁਰਸੀ ਤਾਂ ਨਹੀਂ ਇਧਰ ਦੀਪੂ ਅਗਲੀ ਰੇਟ ਪਾਇਆ ਰੱਖਿਆ ਤੋਂ ਹੱਥ ਸਨੀ ਬਹੁਤ ਹੀ ਸੋਹਣਾ ਜੱਫਾ ਪਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਬਾਲ ਲਾਉਂਦੀ ਧਰਤੀ ਦਾ ਨਕੋਦਰ ਦਾ ਏਰੀਆ ਇੱਕ ਪਾਸੇ ਦੀਪੂ ਬਹੁਤ ਹੀ ਸੋਹਣਾ ਪੁਆਇੰਟ ਲੈ ਕੇ ਆਪਣੀ ਟੀਮ ਦੇ ਲਈ ਕਰਕੇ ਮਿਹਨਤ ਹੈ ਕਮਾਲ ਕਰਿਆ ਕਿਤੇ ਰਹਿਣ ਨਹੀਂ ਦਿੱਤਾ ਵਾਧੂ ਚੰਬ ਨੂੰ ਖਾਧੀਆਂ ਖੁਰਾਕਾਂ ਚੁੰਬ ਬੂਰੀਆਂ ਦੇ ਡੋਕੇ ਲਾ ਕੇ ਰੇਸ ਕੀਤਾ ਪੱਕਾ ਯਾਰੋ ਦਮ ਨੂੰ ਬਾਪ ਨੇ ਵੀ ਕਿਸੇ ਗੱਲੋਂ ਕਸਰ ਨਹੀਂ ਛੱਡੀ ਬਿਨਾਂ ਕਹੇ ਵੱਕਰੇ ਦੇ ਅਚਾਰ ਯਾਰੋ ਪਾਏ ਹੈ ਘੜੇ ਦੁੱਧ ਤੋਂ ਮਲਾਈਆਂ ਸੀ ਖੁਆਉਂਦੀ ਬੇਬੇ ਉਤਾਰ ਕੇ ਅੱਧ ਰਿੜਕੇ ਦੇ ਛੱਲੇ ਮੂੰਹ ਨੂੰ ਲਾਇਆ ਬਿਜਲੀ ਫੇਰ ਕਰੰਟ ਵੱਡਾ ਦੋ ਬਿਜਲੀ ਇੱਕ ਹਰਪ੍ਰੀਤ ਹੈਪੀ ਆ ਵੀ ਨੌਜਵਾਨ ਹੁਣ ਬਹੁਤ ਹੀ ਸੋਹਣਾ ਰੱਖਿਆ ਧੌਣ ਤੇ ਹੱਥ ਪਰ ਪੁਆਇੰਟ 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 ਕਾਲਕਰ ਸਾਹਿਬ ਆ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਧਾਵੀ ਦੇ ਇਹਦੇ ਨਾਲੇ ਮੈਚ ਦਾ ਸਮਾਂ ਸਮਾਪਤ ਹੁਣ 75 ਕੇਜੀ ਦਾ ਮੈਚ ਖੇਡਿਆ ਜਾਊਗਾ 6 ਦੇ ਮੁਕਾਬਲੇ 10.5 ਸਾਰੀ ਦੀ ਟੀਮ ਜੇਤੂ ਹੈਲੋ ਹੈਲੋ ਆ ਦੀਪੂ ਦਾ 100 ਰੁਪਈਆ ਸਾਡੇ ਕੋਲ ਆ ਕੇ ਲੈ ਜਾਓ ਹਾਂਜੀ ਦੀਪੂ 100 ਰੁਪਈਆ ਕਾਕੇ ਲੈ ਜੀ ਗੁਣੀ ਅੰਕਲ ਜੀਆਂ ਦੇ ਵੱਲੋਂ ਆ ਮੇਰੇ ਕੋਲ 100 ਰੁਪਈਆ ਲੈ ਜੀ ਆ ਕੇ ਤੀਰਥ ਸਿੰਘ ਅੰਕਲ ਜੀ ਵੱਲੋਂ 500 ਰੁਪਈਆ ਦੀਪੂ ਨੂੰ ਇਹ ਵੀ ਲੈ ਜਾਓ ਆ ਕੇ ਮਹਾਂਪੁਰਸ਼ ਮਹੰਤ ਜੈ ਰਾਮ ਜੀਆਂ ਦੇ ਵੱਲੋਂ 500 ਰੁਪਈਆ 600 ਰੁਪਈਆ ਦੀਪੂ ਦਾ ਮੇਰੇ ਕੋਲ ਆ ਕੇ ਜ਼ਰੂਰ ਦੀਪੂ ਸਾਹਿਬ ਪੈਸੇ ਫੜੀ ਪੁੱਤ
ਇਹ ਮਹਾਪੁਰਸ਼ਾਂ ਦੇ ਵੱਲੋਂ ਵੱਡਾ ਆਸ਼ੀਰਵਾਦ ਹੈ ਤੇਰੇ ਲਈ। ਹੈਲੋ ਹੈਲੋ, ਆ ਪਹਿਲਾ ਓਪਨ ਦਾ ਮੈਚ ਹੋਊਗਾ, ਡੇਰਾ ਬਾਬਾ ਨਾਨਕ ਦੇ ਤਗੜਾ, ਪਹਿਲਾ ਮੈਚ ਹੋਊਗਾ ਡੇਰਾ ਬਾਬਾ ਨਾਨਕ ਤੇ ਤਗੜਾ, ਦੂਜਾ ਮੈਚ ਹੋਊਗਾ ਹੀਰਾ ਹੀਰਾ ਪੁਲ ਹੇਲਰਾ ਤੇ ਕਾਰੀ, ਤੀਜਾ ਮੈਚ ਹੋਊਗਾ ਟੰਡੇ ਤੇ ਹਰਖੋਵਾਲ, ਚੌਥਾ ਮੈਚ ਹੋਊਗਾ ਸ਼ੱਕਰਪੁਰ ਤੇ ਬਜੋਲਾ, ਪੰਜਵਾਂ ਮੈਚ ਹੋਊਗਾ ਪਿਆਲਾ ਤੇ ਸਾਰੀ। ਦੀਪੂ ਪੈਸੇ ਲੈ ਜਾਓ। ਹਾਂ, ਸੰਤ ਬਲਵੀਰ ਦਾਸ ਜੀ ਵੱਲੋਂ, ਹਾਂਜੀ ਗੁਰਸਾਹਿਬ ਸਿੰਘ ਜੀ ਸਾਹਿਬਾ ਔਰ ਮਹਾਂਪੁਰਸ਼ਾਂ ਦੇ ਵੱਲੋਂ 500 ਰੁਪਇਆ ਔਰ ਬਹੁਤ ਵੱਡਾ ਜਿਹੜਾ ਸਤਿਕਾਰ ਹੈ ਮਹੰਤ ਜੈ ਰਾਮ ਜੀ ਦੇ ਵੱਲੋਂ, ਜਿਹਨਾਂ ਦੀ ਦੇਖ ਰੇਖ ਹੇਠ ਅੱਜ ਦਾ ਇੱਕ ਵੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ। ਔਰ ਨਾਲੇ ਮਹਾਂਪੁਰ ਸੰਤ ਬਾਬਾ ਬਲਵੀਰ ਦਾਸ ਜੀ ਮਹਾਨਪੁਰੀ ਵਾਲੇ ਸੁਸ਼ੋਭਿਤ ਨੇ, ਹੋਰ ਨਾਲ ਜਿੰਨੇ ਵੀ ਮਹਾਂਪੁਰਸ਼ ਬਿਰਾਜਮਾਨ ਨੇ, ਮੈਂ ਬਹੁਤ ਬਹੁਤ ਸਤਿਕਾਰ ਕਰਾਂਗਾ। ਬਹੁਤ ਹੀ ਵਧੀਆ ਜਿਹੜਾ ਮੈਚ ਖੇਡਿਆ ਜਾਵੇਗਾ ਦੋਨੇ ਪਾਸੇ ਟੀਮਾਂ। ਇਸ ਤੋਂ ਅਗਲਾ ਜਿਹੜਾ ਮੈਚ 75 ਕਿਲੋ ਦਾ ਸੈਮੀ ਫਾਈਨਲ ਕਾਰੀ ਤੇ ਸਾਰੀ, ਉਹ ਵੀ ਗਰਾਊਂਡ ਦੇ ਵਿੱਚ ਰਿਪੋਰਟ ਕਰ ਦੇਣਗੇ। ਇਸ ਮੈਚ ਤੋਂ ਬਾਅਦ ਡੇਰਾ ਬਾਬਾ ਨਾਨਕ ਤੇ ਤਗੜਾ ਦਾ ਮੈਚ ਹੋਊਗਾ ਇਸ ਮੈਚ ਤੋਂ ਬਾਅਦ। ਠੀਕ ਹੈ ਜੀ, ਠੀਕ ਹੈ। ਇਹ ਜਿਹੜਾ 75 ਕਿਲੋ ਦਾ ਇੱਕ ਸੈਮੀ ਫਾਈਨਲ ਕਰਾ ਕੇ ਦੂਸਰਾ ਸੈਮੀ ਫਾਈਨਲ ਨਹੀਂ ਕਰਾਉਣਾ, ਇੱਕ ਸੈਮੀ ਫਾਈਨਲ ਕਰਾਉਣਾ। ਠੀਕ ਹੈ ਜੀ, ਥੈਂਕ ਯੂ। ਇਸ ਸੈਮੀ ਫਾਈਨਲ ਤੋਂ ਬਾਅਦ ਤਗੜਾ ਤੇ ਡੇਰਾ ਬਾਬਾ ਨਾਨਕ, ਇਹ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਰਿਪੋਰਟ ਕਰ ਦੇਣਗੀਆਂ। ਉਸ ਤੋਂ ਅਗਲਾ ਮੈਚ ਹੋਵੇਗਾ ਹੀਰਾਪੁਰ ਹੇਲਰਾਂ ਵਰਸਿਸ ਕਾਰੀ, ਤੀਸਰਾ ਮੈਚ ਹੋਵੇਗਾ ਟੱਡੇ ਵਰਸਿਸ ਹਰਖੋਵਾਲ, ਚੌਥਾ ਸ਼ੱਕਰਪੁਰ ਤੇ ਬਜੋਲਾ, ਪਿਆਲਾ ਤੇ ਸਾਰੀ ਤੇ ਸਲਾਣੇ ਨੂੰ ਬਾਈ ਹੈ। ਇਹ ਅਗਲਾ ਜਿਹੜਾ ਸ਼ੈਡਿਊਲ ਤਿਆਰ ਹੋ ਚੁੱਕਾ ਹੈ 75 ਕਿਲੋ ਦਾ ਪਹਿਲਾ ਸੈਮੀ ਫਾਈਨਲ, ਕੁਝ ਜਲਦੀ ਜਿਹੜਾ ਨਿਪਟਾਰਾ ਕੀਤਾ ਜਾਊਗਾ। ਮੈਂ ਇਲੈਕਟ੍ਰੀਸ਼ੀਅਨ ਵੀਰ ਦੇ ਵੱਲੋਂ ਕੀਤੀ ਹੋਈ ਬੇਨਤੀ ਦੁਬਾਰਾ ਫਿਰ ਦੁਹਰਾਵਾਂਗਾ ਕਿ ਆਹ ਜਿਹੜੀਆਂ ਲਾਈਟਾਂ ਨੂੰ ਚੈੱਕ ਕੀਤਾ ਜਾ ਰਿਹਾ ਜਨਰੇਟਰ ਦੇ ਜ਼ਰੀਏ, ਔਰ ਜਿਹੜੇ ਮੇਰੇ ਵੀਰ ਪੋਲਾਂ ਦੇ ਬਿਲਕੁਲ ਨਜ਼ਦੀਕ ਹੈ ਥੋੜ੍ਹਾ ਥੋੜ੍ਹਾ ਪੋਲਾਂ ਨੂੰ ਛੱਡ ਦਿਓ, ਕਿਉਂਕਿ ਕਈ ਵਾਰੀ ਜਿਹੜਾ ਸ਼ਾਰਟ ਸਰਕਟ ਹੋ ਜਾਂਦਾ। ਮੈਂ ਇੱਕ ਵਾਰੀ ਫਿਰ ਬੇਨਤੀ ਦੁਹਰਾਉਣਾ ਹੈ ਕਿ ਜਿਹੜੇ ਲਾਈਟਾਂ ਲੱਗੀਆਂ ਨੇ ਪੋਲਾਂ ਦੇ ਉੱਪਰ, ਇਹਨਾਂ ਪੋਲਾਂ ਨੂੰ ਥੋੜ੍ਹਾ ਥੋੜ੍ਹਾ ਮੇਰੇ ਵੀਰ ਛੱਡ ਕੇ ਖੜ੍ਹੇ ਹੋਵੋ, ਇੱਕ ਮਾੜਾ ਜਿਹਾ ਚੈਕਿੰਗ ਜਿਹੜੀ ਕੀਤੀ ਜਾਵੇ ਕਿ ਸਾਰੀਆਂ ਲਾਈਟਾਂ ਚੱਲ ਰਹੀਆਂ। ਡੇਰਾ ਬਾਬਾ ਨਾਨਕ ਤੇ ਤਗੜਾ, ਇਹ ਸੈਕਿੰਡ ਰਾਊਂਡ ਦੇ ਪਹਿਲੇ ਮੈਚ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਰਿਪੋਰਟ ਕਰਨਗੀਆਂ। ਕਾਰੀ ਤੇ ਹਿਲਰਾ, ਇਹ ਦੂਸਰਾ ਜਿਹੜਾ ਮੈਚ ਖੇਡਿਆ ਜਾਵੇਗਾ 75 ਕੇਜੀ ਦਾ ਪਹਿਲਾ ਸੈਮੀ ਫਾਈਨਲ ਮੈਚ, ਦੋਨੇ ਟੀਮਾਂ ਆਹਮੋ ਸਾਹਮਣੇ ਹੈ ਔਰ ਮੈਚ ਜਿਹੜਾ ਬਹੁਤ ਜਲਦ ਸ਼ੁਰੂ ਕਰਾਇਆ ਜਾਵੇਗਾ। ਮਹਾਂਪੁਰਸ਼ਾਂ ਦੀ ਆਮਦ, ਖਿਡਾਰੀ ਸਾਥੀਆਂ ਦੀ ਆਮਦ ਔਰ ਅੱਜ ਦੇ ਖੇਡ ਮੈਦਾਨ ਦੇ ਵਿੱਚ ਬਹੁਤ ਹੀ ਵਧੀਆ ਸ਼ਲਾਘਾ ਜੋ ਕਦਮ ਜਿਹੜੇ ਚੁੱਕੇ ਗਏ ਨੇ, ਔਰ ਅੱਜ ਦੇ ਖੇਡ ਮੈਦਾਨ ਦੇ ਵਿੱਚ ਮਹਾਂਪੁਰਸ਼ਾਂ ਦਾ ਬਹੁਤ ਹੀ ਵੱਡਾ ਸਤਿਕਾਰ ਹੈ। ਅਜੇ ਵੀ ਬਚਪਨ ਚੇਤੇ ਕਰਕੇ ਵਕਤ ਜਿਹਾ ਰੁਕ ਜਾਂਦਾ ਏ, ਬਾਪੂ ਤੇਰੀ ਕੀਤੀ ਮਿਹਨਤ ਅੱਗੇ ਸਿਰ ਮੇਰਾ ਝੁਕ ਜਾਂਦਾ ਏ, ਵਕਤ ਬਦਲਿਆ ਦੁਨੀਆ ਬਦਲੀ ਹਰ ਰਿਸ਼ਤਾ ਤਾਰ ਤਾਰ ਏ, ਬਾਪੂ ਤੇਰਾ ਪੁੱਤਰ ਤੇਰੀਆਂ ਝੜਕਾਂ ਦਾ ਅੱਜ ਵੀ ਕਰਜ਼ਦਾਰ ਹੈ। ਜਿਹਨੇ ਦੋਨੇ ਪਾਸੇ ਟੀਮਾਂ ਕੁਝ ਜਿਹੜਾ ਡਿਸਕਸ ਕਰ ਰਹੀਆਂ ਹੈ ਔਰ ਜਲਦੀ ਜਲਦੀ ਫੈਸਲਾ ਕਰਕੇ ਜਿਹੜਾ ਮੈਚ ਸ਼ੁਰੂ ਕੀਤਾ ਜਾਵੇ ਦੂਸਰੇ ਰਾਊਂਡ ਦਾ।